ਇੱਕ ਦੋ ਤੇ ਤਕਰੀਬਨ 3 2 ਗਿੱਠਾ ਹੈ ਤੇ ਇੱਥੋਂ ਜਿਹੜੀ ਨਾ ਐਸਾਈਡ ਤੇ ਦੀਵਾਰ ਬਿਲਕੁਲ ਸਿੱਧੀ ਹੈ ਤੇ ਐਸਾਈਡ ਤੇ ਜਿਹੜੀ ਨਾ तिरਛੀ ਬਣੀ ਹੈ ਠੀਕ ਹੈ ਨਾ ਤਾਂ ਕਿ ਪਾਣੀ ਐ ਤੋਂ ਇਧਰ ਕ੍ਰਾਸ ਕਰ ਜੇ ਓਵਰਫਲੋ ਹੋ ਜੇ ਤੇ ਇਹ ਹੁਣ ਸਾਰੀਆਂ ਬਣ ਗਈਆਂ ਨੇ ਪੈ ਲਈਆਂ ਇੰਨਾ ਪਾਣੀ ਇਹ ਦੌਦਾ ਸੀ ਬੇਸਾਬਾ ਅੰਗਰੇਜ਼ ਦੇ ਲਾਖਨ ਤੂਰਬੀਨ ਉਨੇ ਵਦਰਾ ਮੁੰਡੇ ਕੀ ਕਿਰਪਾ ਨਹੀਂ ਖੁੰਦਾ ਸੀ ਤੇ ਇਹ ਜਿਹੜਾ ਬੰਦਾ ਹੈਗਾ ਸੀ ਇਹ ਖੁਰਪੇ ਦਾ ਸੀ ਇਹ ਬੰਦਾ ਖੁਰ ਸਿੱਖਾ ਸਰਦਾਰਾਂ ਦਾ ਖੁਰਪੇ ਰੱਖ ਖੁਰਪੇ ਰੱਖ ਬੈਠੇ ਖੁਰਪੇ ਰੱਖ ਬੈਠੇ ਤੂੰ ਹੋਂ ਦੇ ਵਿੱਚ ਖਤਮ ਹੋ ਗਿਆ ਪਹਿਲੀ ਬਣ ਗਈ ਪਹਿਲੀ ਹੋਰ ਗਈ ਲੋ ਜੀ ਦੋਸਤੋ ਇਹ ਬੰਦਾ ਹੈਗਾ ਕੱਚਾ ਯਾਨੀ ਕਿ ਉਹ ਜਿਹੜਾ ਬੰਨ ਜਿਹੜਾ ਡੈਮ ਬਣਿਆ ਸੀ ਉਹ ਕੱਚਾ ਬੰਨ ਹੈਗਾ ਇਹਦੇ ਅੱਗੇ ਪਾਣੀ ਨਹੀਂ ਜਾ ਸਕਦਾ ਇਹ ਬੰਦ ਇਸਾਈਡ ਤੇ ਪਾਣੀ ਜਮਾ ਰਹਿੰਦਾ ਹੁੰਦਾ ਸੀ ਤੇ ਇਹ ਜਨਾਬ ਅਸੀਂ ਚਾਹਨੇ ਬੰਦ ਉੱਤੇ ਤੇ ਦੂਸਰੇ ਪਾਸੇ ਜਾ ਕੇ ਵੇਖਨੇ ਆ ਕਿ ਜਿਹੜਾ ਇੱਟਾਂ ਦਾ ਬੰਨ ਬਣਿਆ ਹੁੰਦਾ ਤਰੀਖੀ ਪੁਰਾਣਾ ਸਿੱਖ ਸਰਦਾਰਾਂ ਦੇ ਦੌਰ ਦਾ ਉਹ ਅੱਜ ਵੀ ਮੌਜੂਦ ਹੈ ਇਹ ਹੁਣ ਜਿਹੜਾ ਆ ਗਿਆ ਨਾ ਤੁਹਾਨੂੰ ਇੱਥੇ ਦੱਸ ਰਿਹਾ ਹਾਂ ਐ ਜਿਹੜਾ ਆ ਗਿਆ ਨਾ ਹਾਤਾ ਇਹ ਐ ਐ ਹੁੰਦੇ ਬਣ ਗਈ ਨੇ ਪੈ ਲੀਆਂ ਠੀਕ ਹੈ ਨਾ ਇੱਥੇ ਪੈ ਲੀਆਂ ਨਹੀਂ ਸਨ ਹੁੰਦੀਆਂ ਸਾਰਾ ਹੁੰਦਾ ਸੀ ਖਾਲੀ ਜਗ੍ਹਾ ਤੇ ਇੱਥੇ ਹੁੰਦਾ ਸੀ ਪਾਣੀ ਜਮਾ ਐ ਜਿਹੜਾ ਸਾਰਾ ਨਾ ਐ ਹੁੰਦਾ ਸੀ ਕੱਚਾ ਬੰਦਾ ਇਧਰੋਂ ਪਾਣੀ ਹੁੰਦਾ ਹੁੰਦਾ ਸੀ ਤੇ ਇਹਨੂੰ ਆ ਕੇ ਢੱਕ ਕੇ ਖਲੋ ਜਾਂਦਾ ਹੁੰਦਾ ਸੀ ਅੱਗੇ ਨਹੀਂ ਸੀ ਜਾਂਦਾ ਹੁੰਦਾ ਤੇ ਇੱਥੇ ਖਲੋਂਦਾ ਹੁੰਦਾ ਸੀ ਆ ਡੈਮ ਦਾ ਇੱਕ ਪੂਰਾ ਹਾਲ ਆ ਜਿਹੜਾ ਐ ਸਾਰਾ ਏਰੀਆ ਪਾਣੀ ਦਾ ਇੱਥੇ ਜਮਾ ਹੁੰਦਾ ਹੁੰਦਾ ਸੀ ਤੇ ਇੱਥੇ ਜਿਹੜੀ ਬਣੀ ਨਾ ਪੱਕੀ ਕੰਦ ਉਹ ਐ ਵੇ ਇਹ ਜਿਹੜੇ ਡੈਮ ਦੀ ਹੈ ਹੁਣ ਉੱਥੇ ਚੱਲਦੇ ਆ ਇਹ ਕੰਨ ਦੇ ਕੋਲ ਤੇ ਆਜੋ ਚੱਲਦੇ ਆ ਲੋ ਜੀ ਐਸੀ ਆ ਗਏ ਬੰਦ ਦੇ ਉੱਤੇ ਅੱਗੇ ਤੁਹਾਨੂੰ ਵੀਡੀਓ ਦਿਖਾ ਰਿਹਾ ਹਾਂ ਆਊਟ ਸਾਈਡ ਤੇ ਖਲੋ ਕੇ ਤੇ ਐ ਸਾਰੀ ਤੇ ਇਹ ਜਨਾਬ ਹਾਤਾ ਸੀ ਸਾਰਾ ਪਾਣੀ ਵਾਲਾ ਜਿੱਥੇ ਸਿੱਖ ਸਰਦਾਰਾਂ ਨੇ ਪਾਣੀ ਜਮਾ ਕੀਤਾ ਹੁੰਦਾ ਸੀ ਇਹ ਬੰਨੇ ਦੇ ਨਾਲ ਡੈਮ ਬਣਾ ਕੇ ਵੇਖੋ ਜੀ ਟੈਕਨੋਲੋਜੀ ਦੋਸਤੋ ਉਦੋਂ ਇਹ ਪਿੰਡ ਖੁਰਪਾ ਨਾਲ ਇਹ ਖੁਰਪਾ ਪਿੰਡ ਇੱਥੇ ਇੱਥੇ ਸਿੱਖ ਸਰਦਾਰ ਬੜੇ ਅਮੀਰ ਸਨ ਚੰਗੇ ਜ਼ਿਮੀਦਾਰ ਰਕਬਿਹਾਰੇ ਸਰਦਾਰਾਂ ਦੇ ਘਰ ਸਨ ਤੇ ਉਹਨਾਂ ਆਪਣੀਆਂ ਪੈਲੀਆਂ ਨੂੰ ਪਾਣੀ ਲਾਣ ਵਾਸਤੇ ਨਾ ਇਹ ਸਾਰਾ ਬੰਨਾ ਬਣਾਇਆ ਹੁੰਦਾ ਸੀ ਕਿਉਂਕਿ ਉਹਨਾਂ ਦੀ ਪੈਲੀਆਂ ਨੂੰ ਪਾਣੀ ਨਹੀਂ ਚੜਦਾ ਫਿਰ ਇੱਥੇ ਪਾਣੀ ਡੱਕ ਲੈਂਦੇ ਸਨ ਤੇ ਇਹ ਜਨਾਬ ਉਹ ਆ ਗਈ ਏ دیوار ਇਹ ਇਹ ਦੇਖੋ ਜੀ ਇਹ ਆ ਗਈ دیوار ਇਹ ਇਹ ਵਾਹ ਜੀ ਹੈ ਕਿ ਨਹੀਂ ਡੈਮ ਦੀ ਸ਼ੇਪ ਦੀ ਤੁਸੀਂ ਦੇਖੋ ਇਹ ਬਣੀ ਹੈ ਜੀ ਆਂਦੇ ਨੇ ਇਹ ਕੋਈ 1800 ਤੇ ਕੋਈ 85 ਦੇ ਵਿੱਚ ਮੇਰੇ ਹਲ ਬਣੀ ਹੈ ਇੱਥੇ ਲੱਗੀ ਨਹੀਂ ਤਖਤੀ ਤੇ ਕੁਝ ਲੋਕੀ ਇਹਨੂੰ 1800 80 ਚਾਹੁੰਦੇ ਨੇ ਕੋਈ 1885 ਚਾਹੁੰਦੇ ਨੇ ਲੇਕਿਨ ਇਹ ਬਣੀ ਇਹਨਾਂ ਏਰੀਆ ਦੇ ਅੱਛੀ ਕਿਤੇ ਇਹ ਦੇਖੋ ਤੁਸੀਂ ਅੱਛਾ ਹੁਣ ਤਾਂ ਇੱਥੇ ਲੋਕੀ ਦੱਸ ਰਹਾ ਮੈਂ ਆ ਗਿਆ ਦੀਵਾਰ ਦੇ ਉੱਤੇ ਅੱਛਾ ਦੋਸਤੋ ਇਹ ਜਿਹੜਾ ਏਰੀਆ ਨੇ ਸਾਰਾ ਹੈਗਾ ਦੀਵਾਰ ਕੱਚੀ ਬਨ ਏ ਪਾਣੀ ਜਮਾ ਇਥੇ ਨਹੀਂ ਹੁੰਦਾ ਸੀ ਤੇ ਇਹ ਜਦੋਂ ਏਰੀਆ ਭਰ ਜਾਂਦਾ ਹੁੰਦਾ ਹੈ ਨਾ ਪਾਣੀ ਹੁੰਦਾ ਹੁੰਦਾ ਸੀ ਇਧਰੋਂ ਇਧਰੋਂ ਆਉਣਾ ਇੱਥੇ ਜਮਾ ਹੋ ਗਿਆ ਇਥੋਂ ਫਿਰ ਖਾਲ ਕੱਢ ਕੇ ਨਾ ਵੱਡਾ ਤੇ ਇਸ ਏਰੀਆ ਨੂੰ ਪਾਣੀ ਜਾਂਦਾ ਹੁੰਦਾ ਸੀ ਜ਼ਮੀਨਾਂ ਨੂੰ ਕਾਸ਼ ਕਰਨ ਇਧਰ ਨੂੰ ਠੀਕ ਹੈ ਨਾ ਜੇ ਅਗਰ ਪਾਣੀ ਇੱਥੇ ਨਾ ਖਲੋਏ ਤੇ ਫਿਰ ਇਧਰੋਂ ਨਹੀਂ ਸੀ ਚੜਦਾ ਹੁੰਦਾ ਇਧਰ ਤੱਕ ਵਾ ਜਿਹੜਾ ਸਿੱਖਾਂ ਦਾ ਸੀ ਨਾ ਖੁਰਪੇ ਦੇ ਸਿੱਖ ਜਿਹੜੇ ਸਨ ਉਹਨਾਂ ਦਾ ਬੜਾ ਰਕਬਾ ਸੀ ਉਹਨਾਂ ਨੂੰ ਪਾਣੀ ਨਹੀਂ ਸੀ ਮਿਲਦਾ ਫਿਰ ਅੰਗਰੇਜ਼ ਤੋਂ ਉਹਦੇ ਚ ਬੰਨਾ ਬੰਨਿਆ ਗਿਆ ਸਰਦਾਰਾਂ ਨੇ ਤੇ ਇੱਥੇ ਪਾਣੀ ਜਿਹੜਾ ਫਿਰ ਭਰ ਜਾਂਦਾ ਸੀ ਨਾ ਐਕਸਟਰਾ ਹੋ ਜਾਂਦਾ ਸੀ ਉਹ ਫਿਰ ਇੱਥੋਂ ਦੀ ਓਵਰਫਲੋ ਕਰਕੇ ਤੇ ਐਸ ਪਾਸੇ ਨੂੰ ਜਾ ਕੇ ਨਾ ਤੇ ਅੱਗੇ ਨਾਲਾ ਬਣ ਜਾਂਦਾ ਤੇ ਨਾਲਾ ਪੈ ਕੇ ਨਾ ਤੇ ਸਾਰੰਗਪੁਰ ਪਿੰਡ ਭਾਗਣੀਆਂ ਤੇ ਉੱਥੋਂ ਦੀ ਹੋ ਕੇ ਫਿਰ ਸਿੱਖਾਂ ਦੀ ਰੋਈ ਦੇ ਵਿੱਚ ਹੀ ਪਾਣੀ ਆ ਜਾਂਦਾ ਸੀ ਸਮਝ ਆਈ ਨਾ ਯਾਨੀ ਕਿ ਇੱਥੋਂ ਪਾਣੀ ਜਮਾ ਹੋਇਆ ਜਿੰਨਾ ਚਾਹੀਦਾ ਉਹ ਇਹਨਾਂ ਯੂਜ਼ ਕਰ ਲਿਆ ਜੇ ਅਗਰ ਪਿੱਛੋਂ ਸਲਾਬ ਆ ਗਿਆ ਜਾਂ ਪਾਣੀ ਵਧ ਗਿਆ ਤੇ ਇਹ ਕੰਨ ਦੇ ਉੱਤੋਂ ਦੀ ਕਰਾਸ ਕੀਤਾ ਕ੍ਰਾਸ ਕਰਕੇ ਤੇ ਇਹ ਗੋਵਾਂਜੰਦੇ ਬਰਸਾਤੀ ਨਾਲਾ ਤੇ ਇੱਥੇ ਤੇ ਇਧਰ ਨੂੰ ਆ ਕੇ ਤੇ ਇਹ ਨਾਲ ਪਿੰਡ ਆ ਜਾਂਦਾ ਇਹ ਜਨਾਬ ਹਾਰਗਪੁਰ ਪਿੰਡ ਹੈ ਤੇ ਇਥੋਂ ਦੀ ਨਾਲਾ ਜਾਂਦਾ ਹੁੰਦਾ ਇਥੋਂ ਦੀ ਨਾ ਇਥੋਂ ਦੀ ਉਸ ਤੋਂ ਅੱਗੇ ਜਾ ਕੇ ਤੇ ਪਿੰਡ ਆ ਜਾਂਦਾ ਜੀ ਭੱਗਨੀਆਂ ਇਹ ਇੱਥੇ ਇੱਥੇ ਕਰਕੇ ਠੀਕ ਹੈ ਜੀ ਤੇ ਪਾਣੀ ਉਧਰ ਜਾ ਕੇ ਤੇ ਫਿਰ ਇਹਨਾਂ ਦੀਆਂ ਜ਼ਮੀਨਾਂ ਸਿੱਖਾ ਸਰਦਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਖੁਰਪਾ ਪਿੰਡ ਹੈ ਇਹ ਰੋਹੀ ਦੇ ਵਿੱਚ ਆ ਜਾਂਦਾ ਹੁੰਦਾ ਸੀ ਤੇ ਇਹ ਪਾਣੀ ਰਹਿੰਦਾ ਇੰਨਾ ਕੋਈ ਸੀ ਕਿੰਸੀ ਸਾਇੰਸ ਔਰ ਟੈਕਨੋਲੋਜੀ ਹੈ ਵਾਹ ਜੀ ਵਾਹ ਐ ਜਨਬ ਤੁਸੀਂ ਦੇਖ ਰਹੇ ਹੋ ਕਿੰਦੀ ਮਜ਼ਬੂਤੀ ਨਾਲ ਬਣਿਆ ਇੱਥੇ ਨਾ ਇਹਦੀ ਤਖਤੀ ਵੀ ਲੱਗੀ ਹੁੰਦੀ ਸੀ ਜਿਹੜੀ ਕਿ ਇਹ ਚੀਜ਼ ਦੱਸਦੀ ਸੀ ਕਿ ਬਨ ਕੀ ਤੋਂ ਬਣਿਆ ਯਾਨੀ ਕਿ ਦੂਸਰੇ ਦਫ਼ਾ ਚੈੱਕ ਕਰੋ ਕਿ ਜਿਹੜੀ ਹੁੰਦੀ ਹੈ ਨਹੀਂ ਪੱਥਰ ਸੰਗੇ ਮਾਰਬਦ ਦੀ ਤਖਤੀ ਲੱਗੀ ਨਹੀਂ ਸੀ ਇੱਥੇ ਇਹ ਇੱਥੇ ਇਹ ਲਿ ਵਿੱਚ ਟਾਸੀ ਮਣ ਲੱਗਾ ਇਹਦੇ ਵਿੱਚ ਲੱਗੀ ਹੁੰਦੀ ਸੀ ਤੱਕ ਫੱਟੀ ਜਿਹਦੇ ਤੇ ਲਿਖੀ ਸੀ ਇਹ ਦੀ ਕਿ ਕਿੰਨੇ ਬਣਾਇਆ ਸੀ ਤੇ ਇਹ ਕਿਦੋਂ ਦਾ ਬਣਿਆ ਤੇ ਇਹ ਜਨਾਬ ਇਹਦਾ ਹੈਗਾ ਬੰਦ ਮੈਂ ਤੁਹਾਨੂੰ ਦਿਖਾ ਦੇਮ ਅਗਲੇ ਪਾਸੇ ਜਾ ਕੇ ਹਲੋ ਬੜੀ ਨਿਆਬ ਔਰ ਇੱਕ ਤੁਹਾਨੂੰ ਚੀਜ਼ ਦਿਖਾ ਰਿਹਾ ਜਿਹੜੀਆਂ ਕਿ ਹੁਣ ਜ਼ਿਆਦਾਤਰ ਵੀਡੀਓ ਤੇ ਤੁਹਾਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਣਗੀਆਂ ਇਹ ਵੀ ਸਰਦਾਰਾਂ ਦੀ ਨਿਸ਼ਾਨੀ ਹੈ ਸਿੱਖ ਸਰਦਾਰਾਂ ਦੀ ਨਿਸ਼ਾਨੀ ਹੈ ਇਹ ਦੇਖੋ ਜੀ ਇਹ ਪਾਣੀ ਜਿਹੜੇ ਪਾਸੇ ਨੇ ਡੈਮ ਦਾ ਹੁੰਦਾ ਹੁੰਦਾ ਦੱਸਿਆ ਹੈ ਇਹ ਡੈਮ ਅੱਛਾ ਤੋ ਇੱਥੋਂ ਇੱਕ ਚੀਜ਼ ਤੁਹਾਨੂੰ ਮੈਂ ਦੱਸਣੀ ਹੈ ਉਹ ਪਿੰਡ ਹੈਗਾ ਖੁਰਪਾ ਇਹ ਇਹ ਜਿਹਦੀਦਰਖ ਨਜ਼ਰ ਆ ਰਹੇ ਨੇ ਠੀਕ ਹੈ ਨਾ ਇਹ ਪਿੰਡ ਹੈ ਇਹ ਡੈਮ ਦੀ ਜਿਹੜੀ ਕੰਧ ਬਣਾਈ ਸੈਂਸ ਹੈਸੀਏ ਕਿ ਇਥੇ ਤੁਸੀਂ ਬਿਲਕੁਲ ਵੇਖ ਸਕਦੇ ਹੋ ਕਿ ਖੁਰਪੇ ਦੇ ਜਿਹੜਾ ਪਿੰਡ ਉਹਦੇ ਬਰਾਬਰ ਇਹ ਦੀਵਾਰ ਹੈ ਜਿਹੜੀ ਪੱਕੀ ਦੀਵਾਰ ਹੈ ਤਾਂ ਕਿ ਪਾਣੀ ਪਿੰਡ 'ਚ ਨਾ ਜਾਏ ਜਦੋਂ ਪਾਣੀ ਐਸ ਪਰ ਜਾਂਦਾ ਸੀ ਬੰਦਾ ਇਹਦਾ ਖਤਰਾ ਹੁੰਦਾ ਕਿ ਪਾਣੀ ਹੁਣ ਪਿੰਡ 'ਚ ਜਾਏਗਾ ਲੇਕਿਨ ਇਹ ਦੀਵਾਰ ਐਸ ਸਾਇੰਸ ਨਾਲ ਬਣਾਈ ਕਿ ਪਾਣੀ ਇਧਰ ਨੂੰ ਆ ਜਾਂਦਾ ਸੀ ਕ੍ਰਾਸ ਕਰ ਜਾਂਦਾ ਸੀ ਇਥੇ ਤੁਸੀਂ ਵੇਖੋ ਕਿ ਐਸਾ ਤੁਹਾਨੂੰ ਇੱਕ ਮੈਂ ਇਹਦਾ ਵਹਾਰਿਆ ਵਾ ਐਂਗਲ ਇਹਦਾ ਲੈਵਲ ਕਿ ਪਿੰਡ ਨੂੰ ਬਚਾਉਣ ਵਾਸਤੇ ਉਸ ਐਂਗਲ ਨਾਲ ਦੀਵਾਰ ਬਣੀ ਹੈ ਕਿ ਪਿੰਡ ਚ ਪਾਣੀ ਜੀ ਦੋ ਜਾਣ ਲੱਗਦਾ ਸੀ ਜਾਂ ਉਹਦੇ ਸਤਾ ਬਰਾਬਰ ਹੋ ਜਾਂਦੀ ਸੀ ਤੇ ਇਹ ਜਿਹੜੀ ਦੀਵਾਰ ਹੈ ਨਾ ਇਹਦੇ ਤੋਂ ਓਵਰਫਲੋ ਕਰਕੇ ਨਾ ਤੇ ਫਿਰ ਐਦਾਂ ਟਰ ਜਾਂਦਾ ਸੀ ਵਾਹ ਜੀ ਵਾਹ ਇਹ ਹਰੇ ਵੀ ਖਾਲਾ ਪਾਣੀ ਦਾ ਵਗਦਾ ਪਿਆ ਇਹ ਪਾਣੀ ਆ ਰਿਹਾ ਪਤਾ ਨਹੀਂ ਕਿੱਧਰੋਂ ਆ ਰਿਹਾ ਬਾਰਸ਼ੀ ਪਾਣੀ ਹੈ ਇਹ ਜਾ ਕੇ ਤੇ ਪੈ ਰਿਹਾ ਤੇ ਇਹ ਜਨਾਬ ਇਹ ਜਨਾਬ ਤੁਹਾਨੂੰ ਬੁਹਾ ਰਿਹਾ ਬੰਦਾ ਖਸੂਸੀ ਮੰਜ਼ਰ ਜਿਹੜਾ ਕਿ ਪਿੰਡ ਖੁਰਪਾ ਦੇ ਰਕਵੇ ਦੇ ਵਿੱਚ ਔਰ ਸਿੱਖਾਂ ਦੀ ਨਿਸ਼ਾਨੀ ਹੈ ਉਹਨਾਂ ਦਾ ਰਕਵਾ ਇੱਥੋਂ ਦੀ ਜਿਹੜਾ ਨੇ ਉਹਨੂੰ ਸਿਹਰਾਬ ਕਰਦੇ ਹੁੰਦੇ ਸਨ ਆਪਣੀ ਜ਼ਮੀਨਾਂ ਨੂੰ ਤੇ ਐ ਮੈਂ ਇੱਥੇ ਆਇਆ ਵਾਂ ਸਪੈਸ਼ਲ ਵੀਡੀਓ ਬਣਾਉਣ ਮੈਂ ਹਮੇਸ਼ਾ ਕੋਸ਼ਿਸ਼ ਕਰਨਾ ਕਿ ਵੀਡੀਓ ਦੋਸਤੋ ਬਣਾਵਾਂ ਜਿੱਦਾਂ ਕੋਈ ਨਾ ਕੋਈ ਇਨਫੋਰਮੇਸ਼ਨ ਹੋਏ ਕੋ ਪ੍ਰਾਣੀਆਂ ਸਾਡੇ ਵੰਡ ਤੋਂ ਪਹਿਲਾਂ ਦੀਆਂ ਯਾਦਾਂ ਹੋਣ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਲੇਟੈਸਟ ਵੀਡੀਓ ਜਿਹੜੀ ਨੂੰ ਮਿਲਦੀਆਂ ਰਹਿਣ ਤੇ ਐ ਮੈਂ ਆ ਗਿਆ ਜਨਾਬ ਫੇਰ ਦੀਵਾਰ ਦੇ ਉੱਤੇ ਤੇ ਐ ਫੇਰ ਐਸ ਪਾਸੇ ਇਹਦਾ ਇਹ ਦੇਖੋ ਇਹ ਬੰਨ ਹੈਗਾ ਠੀਕ ਹੈ ਨਾ ਇਹ ਦੀਵਾਰ ਤੁਸੀਂ ਦੇਖੋ ਮੈਂ ਤੁਹਾਨੂੰ ਦੀਵਾਰ ਹਵਾਲਾ ক্লোਜ਼ ਕਰਕੇ ਇਹ ਦੇਖੋ ਕਿੰਨੀ ਮਜ਼ਬੂਤ ਔਰ ਮੋਟੀ ਬਣੀ ਹੈ 1885 ਦੇ ਵਿੱਚ ਇਹ ਬਣੀ ਹੈ ਇਹ ਦੇਖੋ ਕਿੰਨੀ ਕਿڑی ਖੂਬਸੂਰਤ ਜਿਹੜੀਆਂ ਨੇ ਉਸ ਟਾਈਮ ਦੇ ਵਿੱਚ ਤਾਮੀਰਾਤ ਹੋਈਆਂ ਨੇ ਸਿੱਖਾਂ ਦੀਆਂ ਯਾਦਗਾਰਾਂ ਅੱਜ ਪਾਕਿਸਤਾਨ ਬਣ ਗਿਆ ਕਿੱਥੇ ਗਏ ਲੋਕ ਜਿਨ੍ਹਾਂ ਚੀਜ਼ਾਂ ਬਣਾਈਆਂ ਸਨ ਤੇ ਅੱਜ ਵੇਖੋ ਤੁਸੀਂ ਚੀਜ਼ਾਂ ਦੇ ਮੌਜੂਦ ਨੇ ਉਹ ਸਾਡੇ ਬਾਬੇ ਬਜ਼ੁਰਗ ਉਹ ਹੈ ਨਹੀਂ ਉਹ ਹੈ ਨਹੀਂ ਜਾਂ ਤੇ ਇਹ ਦੁਨੀਆ ਛੱਡ ਗਏ ਨੇ ਵਿਚਾਰੇ ਇਹ ਦੇਖੋ ਤੁਸੀਂ ਇਹ ਪੂਰਾ ਇੱਕ ਵਿਊ ਤੁਹਾਨੂੰ ਦਿਖਾ ਰਿਹਾ ਮੈਂ ਨਜ਼ਰ ਆ ਰਿਹਾ ਨਾ ਡੈਮ ਦਾ ਇਹ ਪਾਣੀ ਫਲੋ ਸੀ ਇਹਨੂੰ ਬਿਲਕੁਲ ਸਿੱਧੀ ਦੀਵਾਰ ਨਹੀਂ ਬਣਾਈ ਗਈ ਕਿਉਂਕਿ ਜਦੋਂ ਤੁਸੀਂ ਦੀਵਾਰ ਬਣਾਉਂਦੇ ਨਾ ਪਾਣੀ ਦੇ ਬਲੋ ਵਾਸਤੇ ਤੇ ਫਿਰ ਉਹ ਤਿਰਛਵੀ ਬਣਾਈ ਜਾਂਦੀ ਤਾਂ ਕਿ ਪਾਣੀ ਜਿਹੜਾ ਨਾ ਉਹ ਰੇੜ ਦੇ ਥੱਲੇ ਚਲਾ ਜਾਏ ਅਗਰ ਬਿਲਕੁਲ ਸਿੱਧੀ ਦੀਵਾਰ ਹੋਏਗੀ ਤਾਂ ਪਾਣੀ ਥੱਲੇ ਡਿੱਗੇ ਗੱਜਣਾ ਤੇ ਦੀਵਾਰ ਕਮਜ਼ੋਰ ਹੋ ਜੇਗੀ ਤੇ ਕਹਿੰਦੇ ਨੇ ਤੇ ਥੱਲੇ ਸਾਰੇ ਪੱਥਰ ਲੱਗੇ ਨੇ ਇਹਦਾ ਨਾ ਸਾਰੇ ਇਹਦੇ ਥੱਲੇ ਪੱਥਰ ਹੈ ਕੋ ਐਵੇਂ ਨਹੀਂ ਦੀਵਾਰ ਬਣੀ ਦੀ ਜਿਹਨੂੰ 100 ਸਾਲ ਤੋਂ ਜ਼ਿਆਦਾ ਹਸਾ ਹੋ ਗਿਆ ਉਹਦੀ ਵਜ੍ਹਾ ਹੈ ਹਾਲਾਂਕਿ ਇਹਦੇ ਤੋਂ ਪਾਣੀ ਐਡੀ ਸਪੀਡ ਨਾਲ ਸਲਾਬਾਂ ਦਾ ਗੁਜ਼ਰਦਾ ਰਿਹਾ ਉਸ ਦੇ ਬਾਵਜੂਦ ਅਗਰ ਬਚੀ ਇਹ ਵਿੱਚੋਂ ਇਹਦੀਆਂ ਇੱਟਾਂ ਨਹੀਂ ਖਤਮ ਹੋਈਆਂ ਜਾਂ ਵਿੱਚ ਜਿਹੜਾ ਚੂਨਾ ਸੀਮਿੰਟ ਉਸ ਦੌਰ ਤਾਂ ਲੱਗਾ ਹੈ ਉਹ ਏਸੀ ਦੀ ਨਿਸ਼ਾਨੀ ਸੀ ਕਿ ਉਦੋਂ ਤਾਮੀ ਰਾਤ ਕਿੰਨੀਆਂ ਪਾਇਦਾਰ ਹੁੰਦੀਆਂ ਸਨ ਇਹ ਦੇਖੋ ਤੁਸੀਂ ਠੀਕ ਹੈ ਨਾ ਤੇ ਇਹ ਆ ਗਿਆ ਐਸਾਈਡ ਤੇ ਦਾ ਉੱਤੋਂ ਵੀ ਜਿਹੜੀ ਦੀਵਾਰ ਹੈ ਇਹ ਤੁਸੀਂ ਦੇਖੋ ਇੱਕ ਦੋ ਤੇ ਤਕਰੀਬਨ 3 2 ਗਿੱઠા ਹੈ ਤੇ ਇੱਥੋਂ ਜਿਹੜੀ ਨਾ ਐਸਾਈਡ ਤੇ ਦੀਵਾਰ ਬਿਲਕੁਲ ਸਿੱਧੀ ਹੈ ਤੇ ਐਸਾਈਡ ਤੇ ਜਿਹੜੀ ਨਾ तिरਛੀ ਬਣੀ ਹੈ ਠੀਕ ਹੈ ਨਾ ਤਾਂ ਕਿ ਪਾਣੀ ਐਦੋਂ ਇਧਰ ਕ੍ਰਾਸ ਕਰ ਜੇ ਓਵਰਫਲੋ ਹੋ ਜੇ ਤੇ ਇਹ ਹੁਣ ਸਾਰੀਆਂ ਬਣ ਗਈਆਂ ਨੇ ਪੈਲੀਆਂ ਆਹ ਵੇਖੋ ਜਨਾਬ ਠੀਕ ਹੈ ਨਾ ਇੱਥੇ ਵੀ ਉਹਨੂੰ ਬੇਲਾ ਬਣ ਗਿਆ ਕਾ ਹੋ ਗਿਆ ਤੇ ਇਹ ਦੀਵਾਰ ਇਹ ਦੇਖੋ ਸੀਮੈਂਟ ਇਹ ਲੱਗਿਆ ਜੀ ਸੀਮੈਂਟ ਪਤਾ ਨਹੀਂ ਕਾ ਦਾ ਸੀਮੈਂਟ ਚੂਨਾ ਬਣਿਆ ਦਾ ਵੇਖਾਂ ਚ ਲੱਗਦਾ ਕਿ ਮੈਂ ਖੇਡ ਲਾਂਗਾ ਲੇਕਿਨ ਪੋਸੀਬਲ ਹੀ ਨਹੀਂ ਕਿ ਨੂੰ ਮੈਂ ਥੋੜਾ ਜਿਹਾ ਖੇੜ ਸਕਾਂ ਇਹ ਤੁਸੀਂ ਦੇਖੋ ਇਹ ਦੇਖੋ ਜਨਾਬ ਇੱਟ ਕਿਹੇ ਤੋੜਨ ਦੀ ਕੋਸ਼ਿਸ਼ ਕੀਤੀ ਏ ਇੱਟ ਭੁਰ ਗਈ ਏ ਉਖੜੀ ਨਹੀਂ ਸੀਮਨ ਨਾਲੋਂ ਇਹ ਦੇਖੋ ਤੁਸੀਂ ਇਹ ਤਾਂ ਜੋੜ ਏ ਇਹ 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 ਦੇਖੋ ਇੱਟਾਂ ਭੁਰਦੀਆਂ ਗਈਆਂ ਨੇ ਇਹ ਸੀਮਨ ਨਹੀਂ ਨਾਲੋਂ ਉਖੜਿਆ ਇਹ ਦੇਖੋ ਠੀਕ ਹੋ ਗਿਆ ਨਾ ਕਿਆ ਬਾਤ ਹੈ ਇਹ ਜਨਾਬ ਤੁਸੀਂ ਦੇਖ ਰਹੇ ਹੋ ਤੇ ਐਸੀ ਦੋਸਤੋ ਮੈਂ ਕੋਸ਼ਿਸ਼ ਹਮੇਸ਼ਾ ਇਤਰਾ ਕਰਨਾ ਕਿ ਕੋਈ ਨਾ ਕੋਈ ਨਵੀਂ ਚੀਜ਼ ਤੁਹਾਨੂੰ ਬੁਖਾਲੀ ਜਾਏ ਇਹ ਬਿਲਕੁਲ ਪਿੰਡਾਂ ਤੋਂ ਹਟਵਾ ਇਹ ਬੰਦਾ ਹੈਗਾ ਪੱਕਾ ਬੰਦਾ ਜਿਹਨੂੰ ਡੈਮ ਤੁਸੀਂ ਕਹਿ ਸਕਦੇ ਕਿਉਂਕਿ ਦਾ ਮਕਸਦ ਇਹ ਹੀ ਹੈ ਜਿਹੜਾ ਡੈਮ ਦਾ ਹੁੰਦਾ ਸੀ ਚਾਰੋਂ ਤਰਫ ਪਾਣੀ ਹੁੰਦਾ ਸੀ ਉਹਨੂੰ ਧੱਕਿਆ ਜਾਂਦਾ ਸੀ ਜਿਹੜਾ ਫਿਰ ਓਵਰਫਲ ਹੁੰਦਾ ਸੀ ਐ ਦੇ ਉੱਤੋਂ ਦੀ ਦੂਸਰੀ ਸਾਈਡ ਤੇ ਫਲੋ ਕਰ ਜਾਂਦਾ ਹੁੰਦਾ ਸੀ ਤੇ ਦੂਸਰੀ ਸਾਈਡ ਤੇ ਜਿਹੜੇ ਸਾਡੇ ਸਿੱਖ ਸਰਦਾਰਾਂ ਦੇ ਇਥੇ ਰਕਬਾ ਹੁੰਦਾ ਸੀ ਪਿੰਡ ਖੁਰਪਾ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਛੋਟਾ ਪਿੰਡ ਤੇ ਬਹੁਤ ਥੋੜੇ ਸਿੱਖਾਂ ਦੇ ਘਰ ਹੁੰਦੇ ਸਨ ਛੰਡਾ ਸਿੰਘ ਤੇ ਭਾਦਰ ਸਿੰਘ ਕਰਨੈਲ ਸਿੰਘ ਇਹ ਨਾਮ ਵਾਲੇ ਤੇ ਸਿੱਖ ਸਨ ਉਹਨਾਂ ਦਾ 100-100 ਏਕੜ 200 ਏਕੜ ਇੱਕ ਇੱਕ ਬੰਦੇ ਦਾ ਰਕਵਾ ਹੁੰਦਾ ਸੀ ਤੇ ਇਹ ਜਨਾਬ ਉਹ ਉਹਨਾਂ ਦੀਆਂ ਪੈਲੀਆਂ ਨੂੰ ਸਿਹਰਾਬ ਕਰਨ ਵਾਸਤੇ ਇੱਕ ਪਿੰਡ ਦੀਆਂ ਪੈਲੀਆਂ ਨੂੰ ਸਿਹਰਾਬ ਕਰਨ ਵਾਸਤੇ ਆਬਾਂ ਦਾ ਬਣਾਇਆ ਗਿਆ ਸੀ ਇੱਕ ਪਿੰਡ ਦਾ ਰਕਵਾ ਸਿਹਰਾਬ ਕਰਨ ਵਾਸਤੇ ਇਹ ਸਾਰੀ ਟੈਕਨੋਲੋਜੀ استعمال کیتی گئی سی پنجاب دے بہت ਘੱਟ ਪਿੰਡਾਂ ਦੇ ਵਿੱਚ ਜਿਹਨੇ ਇਸ ਤਰ੍ਹਾਂ ਦੇ ਡੈਮ ਬਣਾਏ ਗਏ ਸਨ ਬਲਕਿ ਨਾ ਹੋਣ ਦੇ ਬਰਾਬਰ ਨੇ ਲੇਕਿਨ ਇਹ ਇੱਕ ਐਸਾ ਪਿੰਡ ਹੈ ਜ਼िला ਸਿਆਲਕੋਟ ਦੇ اچਕੇ ਦੇ ਵਿੱਚ ਹੈ ਇੱਕੋ ਹੀ ਡੈਮ ਬਣਿਆ ਹੈ ਜਿਹੜਾ ਅੱਜ ਵੀ ਮੌਜੂਦ ਹੈ ਸਿੱਖ ਨਹੀਂ ਹੈਗੇ ਇਸ ਬੰਦੇ ਦੀ ਜ਼ਰੂਰਤ ਵੀ ਹੁਣ ਨਹੀਂ ਰਹੀ ਕਿਉਂਕਿ ਉਹ ਟਰਪਾਇਨਾ ਟਿਊਬ ਤੇ ਲੱਗ ਚੁੱਕੇ ਨੇ ਲੇਕਿਨ ਇਹ ਨਿਸ਼ਾਨੀ ਇਹ ਯਾਦਗਾਰ ਸਾਡੇ ਬਜ਼ੁਰਗਾਂ ਦੀ ਅੱਜ ਵੀ ਮੌਜੂਦ ਹੈ ਜਿਹੜੀ ਕਿ ਤੁਹਾਨੂੰ ਇਸ ਵੀਡੀਓ 'ਚ ਦਿਖਾਈ ਹੈ ਤੇ ਇਹ ਜਨਾਬ ਹੁਣ ਤੁਹਾਨੂੰ ਬਹਾਲ ਨਵਾ ਕੇ ਦਾ ਇਹ ਜਿਹੜਾ ਹੈਗਾ ਨਾ ਉਹ ਇਹ ਕਿੱਥੇ ਹੈਗਾ ਦੂਜਾ ਕੱਚਾ ਬੰਨ ਐ ਦੇਖੀ ਜਾਓ ਹੁਣ ਤੁਹਾਨੂੰ ਕੱਚਾ ਬੰਨ ਹਾਲ ਨਾ ਐਵੇਂ ਕੱਚੇ ਬੰਦ ਉੱਤੇ ਚੜ ਗਿਆ ਆ ਦੇਖੋ ਜੇ ਕੱਚਾ ਬੰਨਾ ਹੈਗਾ ਜਦੋਂ ਪਾਣੀ ਢੱਕਿਆ ਜਾਂਦਾ ਬਜ਼ੁਰਗ ਦਾਦੇ ਨੇ ਕਿਹਾ ਬੰਨ ਟੁੱਟ ਜਾਂਦਾ ਹੁੰਦਾ ਸੀ ਜਦੋਂ ਜ਼ਿਆਦਾ ਸਲਾਬ ਹੁੰਦਾ ਹੁੰਦਾ ਸੀ ਨਾ ਤੇ ਪਾਣੀ ਨੇ ਇੱਥੋਂ ਇੱਥੋਂ ਨਾ ਟੱਕਰ ਵਾਜਦੀ ਹੁੰਦੀ ਸੀ ਇਹਨੂੰ ਤੇ ਐ ਫਿਰ ਟੁੱਟ ਜਾਂਦਾ ਹੁੰਦਾ ਸੀ ਅੱਗੋਂ ਫਿਰ ਐਲਾਨ ਹੋਣਾ ਕਰਨਾ ਪਿੰਡਾਂ ਦੇ ਵਿੱਚ ਕਿ ਜਨਾਬ ਜਿਹੜਾ ਖੁਰਪੇ ਵਾਲਾ ਬੰਦ ਆ ਇਹ ਟੁੱਟ ਗਿਆ ਏ ਤੇ ਜਿਹੜੇ ਲੋਕ ਜਿੱਥੇ ਜਿੱਥੇ ਵੀ ਹੈ ਉਹ ਆ ਜਾਵੋ ਤੇ ਉਹ ਬੰਦਾ ਬਨਣਾ ਤੇ ਇਸ ਲਈ ਸੁਣਿਆ ਕਿ ਬਜ਼ੁਰਗ ਦੱਸਦੇ ਨੇ ਕਿ ਇੰਨੀ ਉਹਦਾ ਮੁਹੱਬਤ ਹੁੰਦੀ ਸੀ ਇੰਨੀ ਇਸ ਬੰਦ ਦੀ ਕਦਰ ਹੁੰਦੀ ਸੀ ਕਿ ਉਹ ਜਿੱਥੇ ਜਿੱਥੇ ਕੋਈ ਬੰਦਾ ਹੈਗਾ ਅਗਰ ਰੋਟੀ ਖਾਣ ਲੱਗਾ ਤੇ ਰੋਟੀ ਵੀ ਛੱਡ ਦੇਣ ਦੱਸ ਸੀ ਕਿ ਨਹੀਂ ਪਹਿਲਾਂ ਬੰਦਾ ਬਨਣਾ ਔਰ ਲੋਕ ਆ ਜਾਣ ਉਹਨੇ ਸੁਣ ਐਸਾ ਦਾ ਜਨਾਬ ਉਹਦਾ ਮਾਹੌਲ ਹੁੰਦਾ ਸੀ ਇਹ ਬੰਨ੍ਹ ਉੱਤੇ ਚੱਲਣਾ ਜਿਹੜਾ ਬੰਨ੍ਹ ਕੱਚਾ ਹੈਗਾ ਤੇ ਇੱਥੇ ਪਾਣੀ ਡੱਕਿਆ ਜਾਂਦਾ ਹੁੰਦਾ ਸੀ ਇੱਕ ਵਾਰੀ ਕੋ ਬਣਾਏ ਗਏ ਨੇ ਵੀਡੀਓ ਤੁਹਾਡੇ ਲਈ ਐਡੀਆਂ ਤਫਸੀਲਾਂ ਇਹ ਦੇਖਿਆ ਬੰਨ੍ਹ ਇਹ ਬੰਨ੍ਹ ਜਨਾਬ ਤੇ ਐ ਇਸ ਲਈ ਮੈਂ ਬਿਲਕੁਲ ਦਰਮਿਆਨ ਖਲੋਤਾ ਹਾਂ ਇਧਰੋਂ ਦੂਰੋਂ ਪਾਣੀ ਹੁੰਦਾ ਸੀ ਤੇ ਬੰਨ੍ਹ ਨੂੰ ਵਾਜਦਾ ਹੁੰਦਾ ਸੀ ਜੇ ਐਕਸਾ ਇਹ ਭਰ ਜਾਂਦਾ ਤੇ ਫਿਰ ਇੱਥੇ ਜਿਹੜੀ ਤੁਹਾਨੂੰ ਦੀਵਾਰ ਬਖਾ ਲਈ ਹੈ ਨਾ ਉਹ ਇੱਥੋਂ ਦੀ ਫਲੋ ਕਰਦੀ ਸੀ ਸਹੀ ਤੁਹਾਨੂੰ ਵਹਾਂ ਪੱਕੀ ਬੰਦੇ ਤੇ ਇਦਾਂ ਨੂੰ ਜਾਂਦਾ ਹੁੰਦਾ ਸੀ ਇਹ ਜਨਾਬ ਕੱਚਾ ਬੰਦਾ ਉਹਦੇ ਉੱਤੇ ਅਸੀਂ ਫਿਰ ਜਾ ਰਹੇ ਹਾਂ ਉਹ ਦੇਖੋ ਘਾਹੂੜ ਕਿੰਨਾ ਹੋ ਗਿਆ ਹੈ ਜਿਹੜੀ ਕੇ ਇਸ ਦੀ ਨਿਸ਼ਾਨੀ ਹੈ ਇਹਨੂੰ ਮਜ਼ਬੂਤ ਕਰਨ ਦੀ ਕਿ ਇਹਨੂੰ ਇਹ ਬਾਨਾ ਮਜ਼ਬੂਤ ਹੈ ਜਾਂ ਮਜ਼ਬੂਤ ਇਹਨੂੰ ਇਸ ਕਾਈ ਦੱਬ ਨਹੀਂ ਕੀਤਾ ਸੀ ਆ ਦੇਖੋ ਜਨਾਬ ਰਾਹ ਪਿੰਡ ਗੁਰਪਾ ਇਦੇ ਨਾਲ ਨਾਲ ਜਿਹੜੇ ਪਿੰਡ ਹੈਗੇ ਨੇ ਨਾ ਦੋਸਤੋ ਉਹ ਮੈਂ ਤੁਹਾਨੂੰ ਦੱਸ ਦੇਣਾ ਇਹਦੇ ਨਾਲ ਨਾਲ ਪਿੰਡ ਹੈਗੇ ਨੇ ਮੁੰਡੇ ਕੀ ਬੇਰੀਆਂ ਭਗਣੀਆਂ ਸਰੰਗਪੁਰ ਤੇ ਲੰਗੇ ਮਚਕੇ ਐਸਾ ਇੱਥੇ ਬੂਟਾ ਤੇ ਬੂਟਾ ਦੇ ਨਾਲ ਹੀ ਥੋੜੀ ਦੂਰ ਤੋਂ ਨਾਲ ਚਵਿੰਦਾ ਐ ਦਾ ਥੋੜਾ ਜਿਹਾ ਮੁਹੱਲੇ ਵਗੂ ਹੈ ਤੇ ਇਹ ਹਲੇ ਵੀ ਬੰਦ ਉੱਤੇ ਜਾਂਦਾ ਵੇਖੋ ਤੁਸੀਂ ਡੈਮ ਸਿੱਖਾਂ ਦੀਆਂ ਸਰਦਾਰਾਂ ਦੀਆਂ ਪੈਲੀਆਂ ਨੂੰ ਸਰਾਬ ਕਰਨ ਵਾਸਤੇ ਡੈਮ ਬਣਾਇਆ ਗਿਆ ਗੋਰੇ ਦੇ ਦੌਰ ਚ ਵਾਹ ਜੀ ਵਾਹ ਇਹ ਵੰਡ ਹੋਈ ਸਰਦਾਰਾਂ ਨੇ ਵੀ ਆਪਣਾ ਛੱਟ ਛੱਡ ਛਾ ਕੇ ਇੱਥੇ ਜਾਣਾ ਪਿਆ ਇਹ ਚੀਜ਼ਾਂ ਜਿਹੜੇ ਪੁਰਾਣੇ ਬਾਬੇ ਨੇ ਬਜ਼ੁਰਗ ਨੇ ਉਹ ਇਹ ਹੁਣ ਆ ਗਏ ਜੀ ਅਸੀਂ ਇਸ ਸਾਈਡ ਤੇ ਸੀ ਬਾਹਰ ਇੱਥੇ ਪਾਣੀ ਡੱਕਿਆ ਜਾਂਦਾ ਸੀ ਤੇ ਇਹਦੇ ਅੱਗੇ ਨਹੀਂ ਸੀ ਹੁੰਦਾ ਹੁੰਦਾ ਇਹ ਟੁੱਟਦਾ ਹੁੰਦਾ ਸੀ ਫਿਰ ਪਾਣੀ ਇੱਧਰ ਹੁੰਦਾ ਸੀ ਕਿਉਂਕਿ ਆਹ ਰਾਹ ਨਹੀਂ ਹੈਗਾ ਲੇਕਿਨ ਇਹ ਬੇਸਿਕਲੀ ਅੱਗੇ ਹੁਣ ਆ ਗਈਆਂ ਪੈ ਲੀਆਂ ਅੱਛਾ ਕਣਕਾਂ ਦਾ ਦੌਰ ਹੈ ਕਣਕਾਂ ਬੀਜੀਆਂ ਨੇ ਲੋਕਾਂ ਸਾਡੇ ਇੱਥੇ ਬਾਰਿਸ਼ ਪਈ ਹੈ ਦੋ ਦਿਨ ਪਹਿਲਾਂ ਤੇ ਬੜੀ ਮਜ਼ੇਦਾਰ ਜੀ ਬਾਰਿਸ਼ ਹੋਈ ਉਹ ਜਿੰਨੇ ਨਾਲ ਇਹ ਫਸਲ ਕਣਕਾਂ ਦੀ ਜਿਹੜੀ ਹੈ ਨਾ ਇਹ ਬਿਹਤਰੀਨ ਹੋ ਗਈ ਹੈ ਦੋਸਤੋ ਐਸੀ ਆਈ ਦੀ ਵੀਡੀਓ ਜਿਦੇ ਵਿੱਚ ਤੁਹਾਨੂੰ ਇੱਕ ਨਵੀਂ ਚੀਜ਼ ਵਹਾਲੀ ਉਹ ਯਾਦਗਾਰ ਸਿੱਖਾਂ ਦੀ ਕਿ ਜਿਹੜੀ ਉਹਨਾਂ ਨੇ ਆਪਣੀਆਂ ਜ਼ਮੀਨਾਂ ਨਾਲ ਜ਼ਮੀਨਾਂ ਨੂੰ ਸਰਾਬ ਕਰਨ ਵਾਸਤੇ ਬਣਾਈ ਤੇ ਜਨਾਬ ਆਪਣੇ ਇਸ ਵੀਡੀਓ ਨੂੰ ਮਜਾਜ਼ ਚਾਹਨਾ ਵਾ ਔਰ ਤੁਸੀਂ ਨੂੰ ਇਜਾਜ਼ਤ ਦਿਓ ਤੇ ਰੱਬ ਰਾਖਾ